ਬਹੁਤ ਵਧੀਆ ਫਿਲਮ ਹੈ ਜੀ। ਕੀ ਖਾਸ ਲੈ ਕੇ ਜਾ ਰਹੇ ਹੋ ਮੰਚ? ਮਨ 'ਚ ਐਂ ਵੀ ਅੱਜ ਕੱਲ੍ਹ ਦੇ ਸਾਰਾ ਕੁਛ ਪ੍ਰਮੋਟ ਕੀਤਾ ਹੋਇਆ ਜੀ, ਵੀ ਅੱਜ ਕੱਲ੍ਹ ਦਾ ਹੈਲਥ ਸਿਸਟਮ ਕਿਵੇਂ ਹੈ, ਡਾਕਟਰ ਕਈ ਤਰ੍ਹਾਂ ਦਾ ਇਲਾਜ ਨਹੀਂ ਕਰਦੇ ਹੈਗੇ। ਹੋਰ ਸਭ ਤੋਂ ਜ਼ਿਆਦਾ ਇਹ ਹੈ ਵੀ ਇੱਕ ਭਾਈ ਨੇ ਆਪਣੀ ਭੈਣ ਕਰਕੇ ਸਾਰਾ ਕੁਛ ਕੀਤਾ ਹੈ, ਜੋ ਇੱਕ ਅੱਜ ਕੱਲ੍ਹ ਸਾਰੇ ਭਾਈ ਉਹਨੇ ਆਪਣੀ ਭੈਣ ਲਈ ਕਰਨਾ ਚਾਹੀਦਾ ਹੈ। ਵਧੀਆ ਰਿਹਾ, ਜਿਹੜੀ ਪੋਲੀਟਿਕਸ ਦਿਖਾਈ ਗਈ ਸੱਚ ਦਿਖਾਇਆ ਗਿਆ ਹੈ ਵੀ ਜਦੋਂ ਵੋਟਾਂ ਦੀ ਵਾਰੀ ਆਉਂਦੀ ਹੈ ਉਦੋਂ ਹੱਥ ਪੱਲਾ ਅੱਡ ਲੈਂਦੇ ਹੈ, ਜਦੋਂ ਮਤਲਬ ਨਿਕਲ ਗਿਆ ਉਦੋਂ ਕਹਿੰਦੇ ਤੂੰ ਕੌਣ ਮੈਂ ਕੌਣ। ਹਾਂਜੀ ਹਾਂ ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ ਬਿਲਕੁਲ ਆਉਣਾ ਚਾਹੀਦਾ। ਬਹੁਤ ਸੋਹਣੀ ਮੂਵੀ ਹੈ। ਸਰ ਕੀ ਖਾਸ ਲੈ ਕੇ ਜਾ ਰਹੇ ਹੋ ਇਸ ਫਿਲਮ 'ਚ ਜਿਹੜਾ ਤੁਹਾਡੇ ਮਨ ਇੱਕ ਛਾਪ? ਬਹੁਤ ਕੁਛ ਸਿੱਖਣ ਨੂੰ ਮਿਲਿਆ ਇਸ ਮੂਵੀ ਦੇ ਵਿੱਚ, ਹੈ ਨਾ, ਮਤਲਬ ਪੋਲੀਟਿਕਸ ਨੂੰ ਲੈ ਕੇ ਜਾਂ ਆਪਾਂ ਦਿਲ ਦੀ ਗੱਲ ਕਰੀਏ ਉਹ ਸਾਰਾ ਕੁਛ, ਮਤਲਬ ਇਮੋਸ਼ਨਲ ਵੀ ਹੈ, ਫਨੀ ਵੀ ਹੈ, ਹਾਸੇ ਵਾਲੀ ਵੀ ਹੈ, ਸਾਰਾ ਕੁਛ। ਜੈਲੇ ਕੀ ਕੋਈ ਖਾਸ ਵਰਡ ਕਹਿਣਾ ਚਾਹੁੰਦੇ? ਨਹੀਂ, ਮਤਲਬ ਸਾਰਿਆਂ ਨੇ ਰੋਲ ਬਹੁਤ ਸੋਹਣੇ ਆ, ਠੀਕ ਹੈ, ਮਤਲਬ ਆਪਾਂ ਕਹੀਏ ਨੈਚੁਰਲ ਮੂਵੀ ਆ, ਠੀਕ ਹੈ, ਐਕਸ਼ਨ ਵੀ ਬਹੁਤ ਸੋਹਣਾ, ਬਿਲਕੁਲ ਬਿਲਕੁਲ ਪੰਜਾਬ ਨਾਲ ਜੁੜਿਆ ਹੋਇਆ ਮੁੱਦਾ। ਬਿਲਕੁਲ, ਮੈਂ ਪੰਜਾਬ ਨਾਲ ਜੁੜਿਆ ਹੋਇਆ ਮੁੱਦਾ, ਸਭ ਤੋਂ ਵਧੀਆ ਗੱਲ ਹੈ ਕਿ ਇੱਕ ਫੈਮਲੀ ਦਿਖਾਈ ਗਈ ਹੈ, ਸਭ ਤੋਂ ਵੱਡੀ ਚੀਜ਼ ਉਹ ਹੈ ਕਿ ਹਾਂ ਫੈਮਲੀ ਨੂੰ ਬਹੁਤ ਵੱਡੀ, ਮਤਲਬ ਵੱਡੇ ਵੇ 'ਤੇ ਦਿਖਾਇਆ ਗਿਆ ਉਹਨਾਂ ਨੂੰ ਫੈਮਲੀ। ਬਹੁਤ ਸੋਹਣੀ ਮੂਵੀ ਹੈ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਜ਼ਰੂਰ ਦੇਖਣ ਆਉਣ, ਕਿਉਂਕਿ ਇੱਕ ਫੈਮਲੀ ਬਹੁਤ ਜ਼ਿਆਦਾ ਜਿਹੜੀ ਕੋਸ਼ਿਸ਼ ਕਰਦੇ ਹਾਂ ਉਹ 'ਚ ਕਾਮਯਾਬ ਹੋਏ। ਜੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ। ਆਊਟ ਆਫ 5 5 'ਚੋਂ ਰੇਟ ਕਰਨਾ ਹੋਵੇ? ਮੈਮ 5 ਹੀ ਹੈ। 5 ਜੀ। ਜੈ ਲਈ ਇੱਕ ਵਰਡ ਜਿਹੜਾ ਦਿਮਾਗ 'ਚ, ਐਕਟਿੰਗ ਦੇਖ ਕੇ, ਉਹਨਾਂ ਦਾ ਕੰਮ ਦੇਖ ਕੇ, ਉਹਨਾਂ ਦਾ ਸਵੈਗ ਲਈ ਕੀ ਕਹੋ? ਮੈਮ ਸਵੈਗ ਲਈ ਤਾਂ ਉਹਨਾਂ ਲਈ ਕਿ ਮੈਂ ਨੰਬਰ ਹੀ ਦੇ ਸਕਦਾ ਹਾਂ ਕਿ 100 'ਚੋਂ 100 ਹੀ ਹੈ ਬਸ। ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ। ਸੋ ਜੇ ਜੱਟ ਵਿਗੜ ਗਿਆ ਕਿਵੇਂ ਰਹੀ? ਵਧੀਆ ਰਹੀ ਜੀ, ਬਹੁਤ ਜੇ ਰੰਧਾਵਾਰਾਂ ਦੀ ਐਕਟਿੰਗ ਦੇ, ਬਹੁਤ ਵਧੀਆ ਐਕਟਿੰਗ ਕੀਤੀ ਜੀ ਉਹਨਾਂ ਨੇ, ਵਧੀਆ ਸੀਗੀ। ਜੈ ਕੀਤਾ ਕੀ ਖਾਸ ਰਿਹਾ? ਐਕਸ਼ਨਸ ਐਕਸ਼ਨ ਔਰ ਜੇ ਰੰਧਾਵਾ ਦੀ ਖਾਸ, ਭੈਣ ਭਰਾ ਦਾ ਟ੍ਰੇਲਰ ਵਧੀਆ। ਯਾ ਰਾਈਟ, ਥੈਂਕ ਯੂ ਸੋ ਮਚ। ਹਾਂ ਜੀ, ਬਹੁਤ ਵਧੀਆ ਮੂਵੀ। ਅੱਛਾ ਕਿਵੇਂ ਦੇਖਦੇ ਹੋ ਜੈ ਨੂੰ, ਕਿਉਂ ਪਿਆਰ ਕਰਦੇ ਹੋ? ਮੈਂ ਕਿਉਂ ਦੀ ਮੂਵੀ ਹੈ ਉਸ ਉਹਦੇ ਐਕਸ਼ਨ ਬਹੁਤ ਬਹੁਤ ਵਧੀਆ ਲੱਗੇ। ਹਾਂਜੀ, ਕਹਾਣੀ ਵਧੀਆ ਲੱਗੀ, ਲੱਗਿਆ ਵੀ ਕਮਾਲ ਦਾ, ਉਹਦੀ ਮਤਲਬ ਆਪਣੀ ਭੈਣ ਵਾਸਤੇ ਕੁਝ ਵੀ ਕਰ ਸਕਦਾ ਹੋਈ। ਹਾਂਜੀ, ਵੀ ਉਸ ਸਿਸਟਮ ਦੀ ਮੇਰੇ ਰਿਸਪੈਕਟ ਕਰ ਰਿਹਾ, ਇਹ ਐਕਸ਼ਨਸ ਬਹੁਤ ਬਹੁਤ ਵਧੀਆ। ਸਰ ਕੀ ਮੇਰੀ ਜੇ ਜੱਟ ਵਿਗੜ ਗਿਆ? ਵਧੀਆ, ਬਹੁਤ ਵਧੀਆ ਦਾ ਕੰਮ ਕਿਵੇਂ ਲੱਗਿਆ? ਬਹੁਤ ਵਧੀਆ, ਬਹੁਤ ਵਧੀਆ। ਸਰ ਕਹਾਣੀ ਵਧੀਆ ਸੀ? ਵਧੀਆ ਸੀ। 5 'ਚ ਨੰਬਰ ਦਿੰਦੇ ਹੁਣ? 5 ਹੈ। 5 ਹਾਂਜੀ, ਬਹੁਤ ਵਧੀਆ। ਕੀ ਖਾਸ ਰਿਹਾ, ਕਿਵੇਂ ਦੀ ਕਹਾਣੀ, ਕੀ ਕੁਝ ਖਾਸ? ਅਲੱਗ ਐਕਟਰ ਹੈ ਇਹ, ਐਕਟਿੰਗ, ਚੌਥੀ ਫਿਲਮ ਹੈ ਇਹਦੀ, ਚੌਥੀ ਨੰਬਰ 1, ਸਾਰਾ ਕੁਝ ਦੇਖਦੇ ਹੋ? ਸਾਰਾ ਕੁਝ ਇਹਦਾ। ਜੈਜ ਕੀ ਕੀ ਖਾਸ ਲੱਗਦਾ ਜੈਜ? ਓਰੀਜਨਲ ਐਕਟਿੰਗ ਉਹਦੀ। ਮੈਮ ਤੁਸੀਂ ਕੀ ਕਹਿਣਾ, ਬਹੁਤ ਅੱਛੀ ਐਕਟਿੰਗ ਸੀਗੀ, ਬਹੁਤ ਇੰਜੋਏ ਕੀਤਾ। ਜੈਜ ਦਾ ਸਵੈਗ ਅੱਛਾ ਲੱਗਿਆ? ਬਹੁਤ ਜ਼ਿਆਦਾ ਅੱਛਾ ਲੱਗਿਆ। ਆਊਟ ਆਫ 5? ਆਊਟ ਆਫ 5 5 ਥੈਂਕ ਯੂ। ਹਾਊਜ਼ ਯੋਰ ਐਕਸਪੀਰੀਅੰਸ? ਸਰ ਕਿਵੇਂ ਰਹੀ ਜੈਜ ਐਕਟਿੰਗ? ਅੱਛੀ ਹੈ। ਸਟੋਰੀ ਲਾਈਨ, ਹਾਊਜ਼ ਜੈਜ ਐਕਟਿੰਗ? ਬੈਟਰ ਹੈ, ਕਾਫੀ ਅੱਛੀ ਹੈ। ਮੈਮ ਕੀ ਕਹੋਗੇ? ਬਹੁਤ ਅੱਛੀ ਸਟੋਰੀ ਸੀ ਐਕਚੁਲੀ, ਵਨ ਟਾਈਮ ਵਾਚ ਵੀ, ਹੀਰੋ ਇਜ਼ ਵੈਰੀ ਹੈਂਡਸਮ, ਸਟੋਰੀ ਬਹੁਤ ਕਿਊਟ ਹੈ, ਹੀਰੋ ਵੈਰੀ ਨਾਈਸ। ਤਾਂ ਵਿਗੜੇ ਹੋਏ ਜੱਟ ਨੂੰ ਦੇਖਣ ਆਏ ਸੀ, ਕਿਵੇਂ ਲੱਗੇ? ਬਹੁਤ ਵਧੀਆ ਲੱਗੀ ਇਹ ਫਿਲਮ, ਬਹੁਤ ਵਧੀਆ ਸੀ, ਬਹੁਤ ਐਕਸ਼ਨ ਫੁੱਲ ਸੀਨ ਸੀ ਪੂਰੇ, ਇੱਦਾਂ ਦੀ ਮਤਲਬ ਪੰਜਾਬੀ 'ਚ ਬਹੁਤ ਅੱਛੀ ਸੀ। ਜੈ ਲਈ ਕੀ ਕਹੋਗੇ, ਉਹਨਾਂ ਦੀ ਐਕਟਿੰਗ ਐਕਸ਼ਨ? ਐਕਟਿੰਗ ਬਹੁਤ ਵਧੀਆ ਕੀਤੀ, ਬਹੁਤ ਘੈਂਟ ਐਕਸ਼ਨ ਸੀਨ ਪੂਰੇ ਵਧੀਆ ਕਰਦਾ। ਕਿਵੇਂ ਰਹੀ ਕਹਾਣੀ ਜੇ ਜੱਟ ਵਿਗੜ ਗਿਆ? ਕੀ ਖਾਸ? ਬਹੁਤ ਸੋਹਣੀ ਸੀਗੀ ਜੀ, ਪੂਰੀ ਐਕਸ਼ਨ ਮੂਵੀ ਸੀ, ਅਤੇ ਆਪਣੀ ਭੈਣ ਦੀ ਸਪੋਰਟ ਕਰਦਾ ਨਾਲੇ, ਨਾ ਉਹ ਦੱਸਦਾ ਹੈ ਕਿ ਕਿੱਦਾਂ ਚੱਲ ਰਿਹਾ ਅੱਜ ਕੱਲ੍ਹ ਮਾਹੌਲ, ਉਹ ਸਾਰਾ ਕੁਝ ਦੱਸਦਾ ਹੈ। ਲੱਗਦਾ ਵੀ ਆਡੀਅੰਸ ਨੂੰ ਦੇਖਣ ਆਉਣਾ ਚਾਹੀਦਾ ਹੋਵੇ? ਜ਼ਰੂਰ ਆਉਣਾ ਚਾਹੀਦਾ ਆ, ਵੱਧ ਤੋਂ ਵੱਧ ਆਉਣਾ ਚਾਹੀਦਾ ਆ। ਅਤੇ ਸੀਨ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ? ਬਸ ਆਪਣੀ ਭੈਣ ਦੀ ਸਪੋਰਟ ਪੂਰੀ ਕਰਦਾ, ਜਿੱਦਾਂ ਨਾ ਦਿਲੋਂ ਇਮੋਸ਼ਨਲ ਹੋਏ, ਪੂਰੀ ਪੂਰੀ।
ਅੱਛਾ ਜੈਦੀ ਜੈਦੀ ਐਕਟਿੰਗ ਨੂੰ ਐਕਟਿੰਗ ਕਿਵੇਂ ਦੇਖਦੇ ਹੋ? ਐਕਸ਼ਨ ਨੂੰ ਤਾਂ ਆਪਾਂ ਪਹਿਲਾਂ ਮੂਵੀ ਬਹੁਤ ਵਧੀਆ ਸੀਗੀ ਸਾਰੀਆਂ, ਆਹ ਵੀ ਬਹੁਤ ਵਧੀਆ ਇਹਨਾਂ ਦੀ, ਇੰਪਰੂਵ ਹੋ ਰਹੀ ਇਹਨਾਂ ਦੀ ਐਕਟਿੰਗ ਹੋਰ। 5 ਚ ਰੇਟ ਕਰਨਾ ਹੋਵੇ ਮੂਵੀ ਨੂੰ 5.5। ਜੇ ਜੱਟ ਵਿਗੜ ਗਿਆ, ਬਿੱਲੀ ਅੱਖਾਂ ਚ ਰੜਕੂ। ਹਾਂਜੀ ਹਾਂਜੀ ਬਹੁਤ ਵਧੀਆ ਲੱਗੀ ਮੈਮ। ਜੈ ਨੇ ਰਾਜ ਕਰਨਾ ਤਾਂ ਤੁਸੀਂ ਕਹਿੰਦੇ ਹੋ ਵੀ ਕਰਦਾ ਜੈ ਰਾਜ। ਹਾਂਜੀ ਹਾਂਜੀ ਜ਼ਿਲ੍ਹਾ ਭਾਈ ਜ਼ਿਲ੍ਹਾ ਤੇ ਕਰਦਾ ਜੀ। ਮੂਵੀ ਬਹੁਤ ਘੈਂਟ ਲੱਗੀ ਉਹਦੀ, ਪਰ ਜਿਹੜੀ ਉਹਨੇ ਭੈਣ ਦੀ ਰਿਸਪੈਕਟ ਕੀਤੀ ਆ ਉਹ ਬੜੀ ਘੈਂਟ ਲੱਗੀ ਜੀ, ਬਾਕੀ ਤਾਂ ਮੂਵੀ ਨੂੰ ਵਧੀਆ ਆਈ। ਅੱਛਾ ਕੀ ਖਾਸ ਲੱਗਦਾ ਤੁਹਾਨੂੰ ਜੈ ਦੀ ਐਕਟਿੰਗ ਦੇ ਵਿੱਚ? ਮੈਮ ਉਹਦੀ ਜਿਹੜੀ ਐਕਟਿੰਗ ਹੈ ਮੈਮ ਉਹ ਮੈਮ ਦਿਲੋਂ ਤੋਂ ਕਰਦਾ ਮੈਮ, ਦੇਖਿਆ ਮੈਮ ਜਿਵੇਂ ਕਿ ਹੁਣ ਵੀ ਕੋਈ ਕਦੇ ਕੋਈ ਵੀ ਸਟੈਪ ਚੱਕਦਾ ਹੈ, ਕੋਈ ਵੀ ਬੋਲ ਬੋਲਦਾ ਉਹ ਦਿਲੋਂ ਤੋਂ ਬੋਲਦਾ, ਆ ਜਿਹੜੇ ਬੋਲ ਬੋਲੇ ਉਹਨੇ ਆਪਣੀ ਭੈਣ ਬਾਰੇ ਉਹ ਬੜੇ ਦਿਲੋਂ ਤੋਂ ਬੋਲੇ। ਇੱਦਾਂ ਲੱਗਦਾ ਵੀ ਸਾਡੀ ਕਹਾਣੀ। ਹਾਂਜੀ ਹਾਂਜੀ ਬਿਲਕੁਲ ਮੈਮ। ਅੱਛਾ 5 ਚ ਰੇਟ ਕਰਨਾ ਹੋਵੇ ਮੈਮ? 4.0 ਕੁਛ, 5 to 5 ਮੈਮ, ਮੇਰਾ ਦਿਲੋਂ ਤੋਂ 5 to 5 ਆ। ਅਤੇ ਜੈ ਲਈ ਖਾਸ ਕੁਛ ਕਹਿਣਾ ਹੋਵੇ? ਜੈ ਮੈਮ ਵਧੀਆ ਮੂਵੀ ਬਣਾਉਂਦਾ, ਹੋਰ ਕਿਆ ਦੱਸੀਏ ਮੈਮ, ਬਹੁਤ ਦਿਲੋਂ ਤੋਂ ਆ। ਥੈਂਕ ਯੂ ਸੋ ਮਚ।